ਸਤਿ ਸ਼੍ਰੀ ਅਕਾਲ ਜੀ, ਮੈਂ ਧਰਮਿੰਦਰ ਸਿੰਘ। ਪੰਜਾਬ ਅੱਡ ਅੱਡ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਹੈ। ਉੱਥੇ ਸਾਡਾ ਕੰਢੀ ਦਾ ਖੇਤਰ ਜਿਹੜਾ ਹੈ, ਹੁਸ਼ਿਆਰਪੁਰ ਜ਼ਿਲ੍ਹੇ ਦਾ ਕੰਢੀ ਦਾ ਖੇਤਰ ਆਪਣੇ ਕਿਸਮ ਦੀਆਂ ਪ੍ਰੋਬਲਮਾਂ ਦੇ ਨਾਲ ਜੂਝ ਰਿਹਾ ਹੈ। ਕੰਢੀ ਦਾ ਖੇਤਰ ਵਾਤਾਵਰਨ, ਪਾਣੀ, ਪਹਾੜਾਂ, ਚੰਗੀ ਖੇਤੀ ਦੇ ਲਈ ਮਸ਼ਹੂਰ ਆ। ਉੱਥੇ ਹੀ ਕੰਢੀ ਦੇ ਖੇਤਰ ਦੇ ਵਿੱਚ ਪੌਂਗ ਡੈਮ ਦੇ ਹੇਠਾਂ ਬਣਿਆ ਹੋਇਆ ਸ਼ਾਹ ਨਹਿਰ ਬਰਾਜ ਜਿਹੜਾ 36 ਕਿਲੋਮੀਟਰ ਚੱਲਦਾ ਹੈ, ਅਤੇ ਉਹ ਸ਼ਾਹ ਨਹਿਰ ਬਰਾਜ ਦੇ ਵਿੱਚ ਮੈਂ ਖੜ੍ਹਾ ਹੈ। ਇਹ ਤਸਵੀਰ ਹੈ ਨਿੱਕੂ ਚੱਕ ਦੇ ਲਾਗੇ ਦੀ, ਜਿੱਥੇ ਕਿਉਂਕਿ ਗੋਲਡਨ ਜੁਬਲੀ ਆ ਰਹੀ ਹੈ ਪੌਂਗ ਡੈਮ ਦੀ, ਅਤੇ ਬੜੇ ਜੰਗੀ ਪੱਧਰ ਦੇ ਉੱਪਰ ਜਿਹੜਾ ਹੈ ਤਲਵਾੜੇ 'ਚ ਕੰਮ ਚੱਲਿਆ ਹੋਇਆ ਹੈ। ਲੇਪਾ ਪੁਤਾਈ ਚੱਲੀ ਹੋਈ ਹੈ ਆਪਾਂ ਕਹਿ ਲਈਏ। ਸਰਕਾਰਾਂ ਨੇ ਜਿੱਥੇ ਸਰਕਾਰੀ ਮਹਿਕਮਿਆਂ ਦਾ ਭੋਗ ਭਰਨ 'ਤੇ ਜ਼ੋਰ ਲਾਇਆ ਹੋਇਆ, ਉੱਥੇ ਹੀ ਸਰਕਾਰੀ ਮਹਿਕਮਿਆਂ ਦੇ ਅੰਦਰ ਕੰਮ ਕਰਦੇ ਅਫਸਰਾਂ ਦੇ ਵੱਲੋਂ ਕਹਿ ਲਈਏ ਜਾਂ ਠੇਕੇਦਾਰਾਂ ਦੇ ਵੱਲੋਂ ਕਿੱਦਾਂ ਘਾਣ ਕੀਤਾ ਜਾ ਰਿਹਾ। ਸ਼ਾਹ ਨਹਿਰ ਦੇ ਵਿੱਚ ਖੜਾ ਮੈਂ, ਸ਼ਾਹ ਨਹਿਰ ਬਰਾਜ ਜਿਹੜਾ 36 ਕਿਲੋਮੀਟਰ ਸਾਡੇ ਚੱਲਦਾ, ਰੋਜ਼ ਜਿਹੜੀ ਪਤਾ ਨਹੀਂ ਕਿੰਨੇ ਕੁ ਪੈਸੇ ਦੀ ਬਿਜਲੀ ਤਿਆਰ ਕਰਦਾ ਹੈ। ਮਹਿਕਮੇ ਦੇ ਕਹਿਣ ਅਨੁਸਾਰ 2 ਕਰੋੜ ਦੀ 24 ਘੰਟਿਆਂ ਦੇ ਵਿੱਚ ਬਿਜਲੀ ਤਿਆਰ ਹੁੰਦੀ ਹੈ। ਲਗਭਗ 11,500 ਕਿਊਸਿਕ ਪਾਣੀ ਇਹਦੇ ਵਿੱਚੋਂ ਲਗਾਤਾਰ 24 ਘੰਟੇ ਸਫ਼ਰ ਕਰਦਾ, ਅਤੇ ਇਹ ਸਲੈਬਾਂ ਦਾ ਕੰਮ ਚੱਲਿਆ ਹੋਇਆ ਹੈ। ਸਲੈਬਾਂ ਦਾ ਹਾਲ ਤਾਂ ਹੈ, ਮੈਂ ਬਿਲਕੁਲ ਸਲੈਬ ਦੇ ਕਿਨਾਰੇ 'ਚ ਖੜ੍ਹਾ ਹਾਂ। ਮੇਰੇ ਪਿੱਛੇ ਤੁਸੀਂ ਦੇਖ ਲਓ ਵੀ ਜਿਹੜੀ ਸਲੈਬ ਪਾਈ ਹੈ ਉਹਦਾ ਕੋਈ ਕਿਨਾਰਾ ਹੀ ਨਹੀਂ, ਕੋਈ ਕਿਨਾਰਾ ਨਹੀਂ। ਉਹ ਕਿੱਥੇ ਮਿਲਣਾ, ਥਲਕੀ ਸਲੈਬ ਦੇ ਨਾਲ ਪਾਣੀ ਘਟਾਇਆ ਹੈ, ਉੱਪਰ ਲੇਪਾ ਪੋਤੀ ਕਰ ਲਈ ਹੈ, ਕੋਈ ਬੈੱਡ ਨਹੀਂ ਬਣਾਇਆ, ਕੋਈ ਜਕਾਈ ਨਹੀਂ ਹੋਈ। ਸਲੈਬ ਦੀ ਹਾਲਤ ਇਹ ਹੈ ਵੀ ਵਿੱਚ ਤਰੇੜਾਂ ਆਈਆਂ ਹੋਈਆਂ, ਉਹ ਤਸਵੀਰਾਂ ਅਸੀਂ ਤੁਹਾਡੇ ਨਾਲ ਅਟੈਚ ਕਰ ਦੇਣੀਆਂ। ਵਿੱਚ ਖੜ੍ਹਾ ਹਾਂ, ਇਹ ਜਗ੍ਹਾ ਤੁਸੀਂ ਦੇਖ ਲਓ ਵੀ ਉੱਪਰ ਸਲੈਬ ਪੈ ਗਈ ਹੈ, ਹੇਠਾਂ ਇਹ ਮਿੱਟੀ ਹੈ, ਅਤੇ ਥੱਲੇ ਕੋਈ ਆਪਸ 'ਚ ਜੋੜਨ ਦਾ ਹਾਲੇ ਤੱਕ ਪ੍ਰਬੰਧ ਹੀ ਨਹੀਂ ਹੈ। ਇਹ ਹੈ ਇਨ ਪਾਣੀ ਦੀ ਦੇਖ ਰੇਖ ਕਰਨੀ ਹੈ ਮਿੱਟੀ ਨੇ, ਅਤੇ ਕਿੱਥੇ ਇਹ ਸਲੈਬ ਮੈਨੂੰ ਸਮਝ ਨਹੀਂ ਲੱਗਦਾ। ਇਹ ਸਾਡੇ ਸਾਹਮਣੇ ਹੈ ਜਿਹੜੀ ਸਲੈਬ ਪਾਈ ਹੋਈ ਹੈ, ਮੇਰੇ ਕੋਲ ਫੀਤਾ ਹੈ ਅਤੇ ਤੁਸੀਂ ਲਾ ਲਓ ਹਿਸਾਬ ਵੀ ਇਹ ਕਿੰਨੀ ਸਲੈਬ ਪਈ ਹੋਈ ਹੈ। ਸਿਰਫ 3 ਕੁ ਇੰਚੀ ਜਿਹੜੀ ਹੈ ਕਿਨਾਰੇ 'ਤੇ 3 ਇੰਚੀ ਹੈ। ਦੂਜੇ ਪਾਸੇ ਜੇ ਦੇਖਣੀ ਹੋਵੇ, ਇੱਥੋਂ ਮੈਂ ਜਦੋਂ ਦੂਜੇ ਪਾਸੇ ਦੇਖਿਆ, ਇੱਥੇ ਫੀਤਾ ਮਾਰਦੇ ਹਾਂ, ਥੱਲੇ ਮਿੱਟੀ ਹੈ, ਅਤੇ ਸਲੈਬ ਸਿਰਫ 1 ਇੰਚੀ ਸਲੈਬ ਹੈ। ਥੱਲੇ ਕਿਹੜੇ ਅਫਸਰ ਨੇ ਚੈੱਕ ਕਰਨਾ, 1 ਇੰਚੀ ਸਲੈਬ ਹੈ, ਥੱਲੇ ਮਿੱਟੀ ਹੈ, ਅਤੇ ਕੀ ਹਾਲਤ ਹੋਣੀ ਹੈ ਇਸ ਨਹਿਰ ਦੀ ਜਦੋਂ ਪਾਣੀ ਚੱਲਣਾ ਇੱਥੇ ਬਹਿ ਜਾਣੀ ਹੈ, ਅਤੇ ਜਿਹੜਾ ਨੁਕਸਾਨ ਹੋਣਾ ਇੱਥੇ ਜਦੋਂ ਪਾਣੀ ਇਹ ਨਹਿਰ ਦਾ ਤੁਸੀਂ ਰਿਪੇਅਰ ਕਰ ਰਹੇ ਹੋ ਜਾਂ ਇਹਦੀ ਤਬਾਹੀ ਕਰ ਰਹੇ ਹੋ। ਮਹਿਕਮੇ ਦੇ ਅਧਿਕਾਰੀਆਂ ਨੂੰ ਪੁੱਛਣਾ ਚਾਹੁੰਦੇ ਹਾਂ ਕਿਹੜਾ ਕੰਟਰੈਕਟਰ ਹੈ। ਅਫਸਰ ਸਾਹਿਬ, ਸ਼ਾਹ ਨਹਿਰ ਬਰਾਜ ਦੇ ਐਕਸੀਅਨ ਸਾਹਿਬ, ਗਰਾਊਂਡ 'ਤੇ ਆ ਕੇ ਦੇਖੋ, ਗੋਲਡਨ ਜੁਬਲੀ ਤਾਂ ਮਨਾਉਣ ਨੂੰ ਜਾ ਰਹੇ ਹੈ, ਪਰ ਇਹ ਤਬਾਹੀ ਦਾ ਹੈ। ਸਲੈਬਾਂ ਭੰਨ ਕੇ ਪੈਸੇ ਕਮਾਉਣ ਵਾਲਾ ਜਿਹੜਾ ਧੰਦਾ ਬਣਾ ਲਿਆ, ਇਹ ਠੀਕ ਨਹੀਂ ਹੈ। ਜ਼ਮੀਨੀ ਹਕੀਕਤ 'ਤੇ ਆ ਕੇ ਇਹਦੀ ਦਰੁਸਤ ਪੂਰਾ ਕੰਮ ਕਰਾਇਆ ਜਾਵੇ। ਹਾਲਤ ਇਹ ਹੈ ਵੀ ਸਲੈਬਾਂ ਤੋੜ ਕੇ ਜਿਹੜੀਆਂ ਬਾਹਰ ਕੱਢਣੀਆਂ ਚਾਹੀਦੀਆਂ ਉਹ ਵਿੱਚ ਸੁੱਟ ਦਿੱਤੀਆਂ, ਸਾਹਮਣੇ ਤਸਵੀਰਾਂ ਆ, ਵਿੱਚ ਸੁੱਟ ਦਿੱਤੀਆਂ। ਹੁਣ ਇਹਦੇ ਨਾਲ ਪਾਣੀ ਦੀ ਖਿਚਾਈ ਤਾਂ ਘਟਣੀ ਹੈ ਨਾ, ਕਪੈਸਿਟੀ ਨਹਿਰ ਦੀ ਘਟਣੀ ਹੈ ਨਾ। ਤੁਹਾਨੂੰ ਤਾਂ ਜਿਹੜਾ ਕੰਟਰੈਕਟ ਮਿਲਿਆ ਹੋਣਾ, ਸਾਰਾ ਮਟੀਰੀਅਲ ਸਾਫ਼ ਕਰਕੇ, ਵਧੀਆ ਕੰਕਰੀਟ, ਵਧੀਆ ਜਕਾਈ ਕਰਕੇ ਇਹ ਨਹਿਰ ਚੱਲੀ ਲੈ ਸਕੇ, ਸਾਲਾਂ ਬੱਧੀ ਚੱਲੀ ਰਹਿ ਸਕੇ, ਉਹਦੇ ਲਈ ਪੈਸੇ ਮਿਲੇ ਹੋਣੇ ਆ। ਸਰਕਾਰੀ ਖਜ਼ਾਨੇ ਦਾ ਚੂਨਾ ਇਸ ਕਦਰ ਦਾ ਲਗਾਇਆ ਜਾ ਰਿਹਾ ਹੈ ਜਿਹਦਾ ਅੰਦਾਜ਼ਾ ਹੀ ਨਹੀਂ ਲਗਾ ਸਕਦੇ। ਇਹ ਹਾਲਤ ਪੂਰੀ ਨਹਿਰ ਦੀ ਹੈ, ਇੱਥੇ ਮੈਂ ਖੜ੍ਹਾ ਹਾਂ, ਚਾਹੇ 88 ਦੇ ਦੇਖ ਲਈਏ, ਉੱਥੇ ਵੀ ਇੱਦੀ ਹੈ। ਇੱਕ JCB ਲਾ ਕੇ ਪਟਾਈ ਕਰਕੇ ਮੂੰਹ ਪੋਚ ਕੇ ਉੱਪਰ ਕੰਕਰੀਟ ਪਾਤੀ, ਕੋਈ ਦੇਖ ਹੀ ਨਹੀਂ ਰਿਹਾ ਹੈ। ਇਲਾਕੇ ਦੇ ਆਗੂ, ਸਮਾਜਿਕ ਆਗੂਆਂ ਨੂੰ ਬੇਨਤੀ ਕਰਦਾ ਵੀ ਦੇਖੋ ਨਹਿਰ ਦੇ ਉੱਪਰ ਕਿੱਦਾਂ ਦਾ ਕੰਮ ਚੱਲਿਆ ਹੋਇਆ ਹੈ, ਅਤੇ ਇੱਥੋਂ ਦੇ ਸਰਕਾਰੀ ਅਫਸਰਾਂ ਦੀ ਨੱਕ ਦੇ ਹੇਠ ਅਤੇ ਕੰਟਰੈਕਟਰਾਂ ਦੇ ਵੱਲੋਂ ਕਿੱਦਾਂ ਤਬਾਹੀ ਕੀਤੀ ਜਾ ਰਹੀ ਹੈ, ਅਤੇ ਸਰਕਾਰੀ ਪੈਸੇ ਨੂੰ ਕਿੱਦਾਂ ਆਪਣੀ ਜੇਬ ਦੇ ਵਿੱਚ ਟੇਢਾ ਸਿੱਧਾ ਕਰਕੇ ਪਾਇਆ ਜਾ ਰਿਹਾ, ਅਤੇ ਇੱਥੋਂ ਦੇ ਪੱਤਰਕਾਰਾਂ ਨੂੰ ਵੀ। ਇਹ ਜ਼ਰਾ 36 ਕਿਲੋਮੀਟਰ ਦੀ ਨਹਿਰ ਘੁੰਮ ਕੇ ਦੇਖ ਲਿਓ ਵੀ ਕੰਕਰੀਟਾਂ ਦੇ ਨਾਲ ਸਲੈਬਾਂ ਦਾ ਕੰਮ ਜ਼ੋਰਾਂ 'ਤੇ ਲੱਗਾ ਹੋਇਆ, ਪਰ ਸਲੈਬਾਂ ਦੀ ਹਾਲਤ ਇਹ ਹੈ ਵੀ ਇਹ ਨਹਿਰ ਹੋਰ ਸਾਲ ਦੇ ਬਾਅਦ ਤੋੜ ਦੇਣੀ ਹੈ ਇਹਨਾਂ ਨੇ। ਮਾੜੀ ਮੋਟੀਆਂ ਜਿਹੜੀਆਂ ਖਸਤਾ ਹੈ ਸਲੈਬਾਂ, ਉਹਨਾਂ ਨੂੰ ਤੋੜ ਕੇ ਇਹਨਾਂ ਨੇ ਨਹਿਰ ਦੇ ਵਿੱਚ ਸੁੱਟ ਦਿੱਤਾ, ਕੱਢਿਆ ਨਹੀਂ, ਅਤੇ ਉੱਪਰ ਇੱਦਾਂ ਦੀ ਲੇਪਾ ਪੋਤੀ ਕੀਤੀ ਹੈ, ਅਤੇ ਜਿਹੜੀ ਸਲੈਬ ਪਾਈ ਹੈ ਉਹਦੇ 'ਚ ਤਰੇੜ ਆ ਗਈ, ਅਤੇ ਸਲੈਬ ਸਿਰਫ 1.5 ਇੰਚੀ ਦੀ ਹੈ।
ਕਿਤੋਂ ਕਿਤੋਂ ਮੁਨਾਫਾ ਪੈਣਾ ਉੱਥੇ ਥੋੜ੍ਹੀ ਵੱਧ ਕਰਤੀ। ਪੁਰਾਣੀ ਤੁਹਾਡੇ ਨਾਲ ਤਸਵੀਰਾਂ ਸਾਂਝੀ ਕਰਦੇ ਹਾਂ ਵੀ ਪੁਰਾਣੀ 6 ਤੋਂ 7-8 ਇੰਚ ਦੀ ਜਿਹੜੀ ਸਲੈਬ ਪੁਰਾਣੀਆਂ ਪਈਆਂ ਜਿਹੜੀਆਂ ਕੱਢੀਆਂ ਆ ਅਤੇ ਮੇਰੇ ਸਾਹਮਣੇ ਹੀ ਆ ਸਲੈਬ, ਜੇ ਇਹਨੂੰ ਫੀਤਾ ਮਾਰਾਂਗੇ 6-7 ਇੰਚ ਦੀ ਹੈ, ਉਹ ਸਲੈਬ ਇਹਨਾਂ ਨੇ ਵਿੱਚ ਸੁੱਟ ਦੇਣੀ ਆ ਅਤੇ ਉੱਪਰ ਇਹਨਾਂ ਨੇ ਨਵੀਆਂ ਬਣਾ ਦੇਣੀਆਂ। ਇਹ ਹਾਲ ਹੈ ਮੁਕੇਰੀਆ ਦੇ ਸ਼ਾਹ ਨਹਿਰ ਬਰਾਜ਼ ਦੇ, ਜੇ ਸ਼ਾਹ ਨਹਿਰ ਬਰਾਜ਼ ਦੇ ਉੱਪਰ ਲਗਾਤਾਰ ਕੰਕਰੀਟ ਦਾ ਸਲੈਬਾਂ ਦਾ ਕੰਮ ਚੱਲਿਆ ਹੋਇਆ ਹੈ ਅਤੇ ਕਿੱਦਾਂ ਦੀ ਧਾਂਦਲੀ ਹੋਈ ਜਾ ਰਹੀ ਹੈ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਅਪੀਲ ਹੈ ਵੀ ਇੱਥੇ ਦੇਖਣ ਅਤੇ ਇਹਨੂੰ ਸਹੀ ਤਰੀਕੇ ਨਾਲ ਕੰਮ ਕਰਨ। ਇਹਦਾ ਜ਼ਿੰਮੇਵਾਰ ਕਿਹੜਾ ਹੈ ਉਹਦੇ 'ਤੇ ਕਾਰਵਾਈ ਹੋਣੀ ਚਾਹੀਦੀ ਹੈ, ਇੱਦਾਂ ਦੇ ਅਫਸਰਾਂ ਦਾ ਧਿਆਨ ਰੱਖਣਾ ਚਾਹੀਦਾ ਜਿਹੜੇ ਆਪਣੇ ਟੇਢੇ ਸਿੱਧੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਪਰ ਕੰਟਰੈਕਟ ਜਿਹੜਾ ਕੱਢ ਕੇ, ਠੇਕਾ ਕੱਢ ਕੇ ਅਤੇ ਆਪ ਹੀ ਸਾਰਾ ਕੁਝ ਕਰਕੇ ਪੈਸੇ ਖਾਈ ਜਾ ਰਹੇ ਆ, ਗਬਨ ਕਰੀ ਜਾ ਰਹੇ ਆ ਸਰਕਾਰੀ ਤੰਤਰ ਦਾ ਅਤੇ ਸਾਡੇ ਸਰਕਾਰੀ ਪੈਸੇ ਦਾ ਅਤੇ ਸਰਕਾਰੀ ਪ੍ਰੋਪਰਟੀ ਦੀ ਦੁਰਵਰਤ ਜਿਹੜੀ ਹੈ ਇਹ ਜ਼ਮੀਨੀ। ਅਤੇ ਇੱਥੋਂ ਦੇ ਵਿਧਾਇਕ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਜਿਹੜੀ ਕਰੋੜਾਂ ਅਰਬਾਂ ਰੁਪਈਆ ਲਾ ਕੇ ਜਿਹੜੀ ਬਣਾਈ ਹੋਈ ਸਰਕਾਰੀ ਸੰਪੱਤੀ ਆ ਉਹਨੂੰ ਬਚਾ ਕੇ ਰੱਖੀਏ ਅਤੇ ਉਹ ਸੰਪੱਤੀ ਦੇ ਉੱਪਰ ਜਿਹੜਾ ਕੰਮ ਹੁੰਦਾ ਆ ਉਹਦਾ ਧਿਆਨ ਵੀ ਰੱਖੀਏ। ਅਤੇ ਇਲਾਕੇ ਦੇ ਪੱਤਰਕਾਰਾਂ ਨੂੰ ਖਾਸ ਕਰ ਅਪੀਲ ਕਰਦੇ ਹਾਂ ਵੀ ਆਓ ਇਹ ਸਾਰਾ ਇਲਾਕਾ ਦੇਖੋ ਅਤੇ ਕੀ ਹਾਲਤ ਹੈ ਨਹਿਰ ਦੀ ਉਹ ਹੋਰ ਲੋਕਾਂ ਤੱਕ ਪੁੱਛਦਾ ਕਰੋ ਤਾਂ ਕਿ ਲੋਕ ਜਿਹੜੇ ਇਹਨਾਂ ਦੇ ਲਾਗੇ ਵੱਸਦੇ ਆ ਉਹਨਾਂ ਨੂੰ ਪਤਾ ਲੱਗ ਸਕੇ ਵੀ ਨਹਿਰ ਦਾ ਕੰਮ ਬੜੀ ਮਾੜੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਅਤੇ ਅਰਬਾਂ ਖਰਬਾਂ ਰੁਪਇਆ ਦਾ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ। ਇਹ ਤਸਵੀਰਾਂ ਮੈਂ ਤੁਹਾਨੂੰ ਧਰਮਿੰਦਰ ਮੁਕੇਰੀਆਂ ਦੇ ਸੋਸ਼ਲ ਮੀਡੀਆ ਦੇ ਅਕਾਊਂਟ 'ਤੇ ਸਾਂਝਾ ਕਰ ਰਿਹਾ। ਅਪੀਲ ਕਰਦਾ ਕੰਢੀ ਦੇ ਇਲਾਕੇ ਨੂੰ, ਲੋਕਾਂ ਨੂੰ ਵੀ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਅਤੇ ਹੋਰ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹਦਾ ਕੰਮ ਸਹੀ ਤਰੀਕੇ ਨਾਲ ਹੋਵੇ, ਪੂਰੀ ਸਹੀ 100% ਮਾਤਰਾ ਦੇ ਨਾਲ ਹੋਵੇ ਤਾਂ ਕਿ ਇਹ ਕੱਲ੍ਹ ਨੂੰ ਇਹ ਨਹਿਰ ਕਿਸੇ ਵੱਡੇ ਹਾਦਸੇ ਦੇ ਲਈ ਤਿਆਰ ਨਾ ਹੋ ਜਾਏ। ਧੰਨਵਾਦ ਸਾਥੀਓ।